मेरा नीट विचों 553 रैंक आया ऑल इंडिया, ते मार्क्स है 695 फ्रॉम 720, ते मेरे टेंथ विचों 97%, ते ट्वेल्थ विचों मेरे 94.8% आए सी। सर्जरी दी स्पेशलिस्ट बनना चाहनी है जी मैं। ਪਾ ਦੀ ਪੀਹੂ ਸੇਨ ਗਰਗ ਪੁੱਤਰੀ ਰਾਕੇਸ਼ ਗਰਗ ਨੇ ਨੀਟ ਦੀ ਹੋਈ ਪ੍ਰੀਖਿਆ ਵਿੱਚੋਂ ਪੂਰੇ ਭਾਰਤ ਵਿੱਚੋਂ 553 ਰੈਂਕ ਪ੍ਰਾਪਤ ਕਰਦਿਆਂ ਆਪਣੇ ਸ਼ਹਿਰ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਪੀਹੂ ਦੀ ਇਸ ਸ਼ਾਨਦਾਰ ਉਪਲਬਧੀ ਤੇ ਮਾਪਿਆਂ ਨੇ ਪੀਹੂ ਸੇਨ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਪੀਹੂ ਸੇਨ ਨੇ ਕਿਹਾ ਕਿ ਉਹ MS ਕਰਕੇ ਸਪੈਸ਼ਲਿਸਟ ਸਰਜਨ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। अजीत पंजाबी दी ऑथेंटिक खबरां दे लई सब्सक्राइब करो अजीत वेब टीवी अते ताज़ी खबरां दी नोटिफिकेशन पाउण दे लई बैल आइकन ते क्लिक करो। ਆਪਣੇ ਜਿਹੜੇ ਤੁਹਾਡੇ ਤੁਸੀਂ ਅੱਜ ਨੀਟ ਦੀ ਟੈਸਟ ਕਲੀਅਰ ਕੀਤਾ, ਕਿੰਨਾ ਰੈਂਕ ਆਇਆ ਤੇ ਕੀ ਪਿਛਲੇ ਦਾ ਕਰੇ? ਮੇਰਾ ਨੀਟ ਵਿੱਚੋਂ 553 ਰੈਂਕ ਆਇਆ ਆਲ ਇੰਡੀਆ, ਤੇ ਮਾਰਕਸ ਹੈਗੇ 695 ਫਰੋਮ 720, ਤੇ ਮੇਰੇ ਟੈਂਥ ਵਿੱਚੋਂ 97%, ਤੇ ਟਵੈਲਥ ਵਿੱਚੋਂ ਮੇਰੇ 94.8% ਆਏ ਸੀ। ਅਗਲਾ ਟੀਚਰ ਕੀ ਹੈ, ਤੁਸੀਂ ਕੀ ਬਣਨਾ ਚਾਹੁੰਦੇ ਹੋ ਇਸ ਫੀਲਡ ਦੇ ਵਿੱਚ, ਕੀ ਸਪੈਸ਼ਲਿਸਟ ਬਣਨਾ ਚਾਹੁੰਦੇ ਹੋ? ਸਰਜਰੀ ਦੀ ਸਪੈਸ਼ਲਿਸਟ ਬਣਨਾ ਚਾਹੁੰਦੀ ਹਾਂ ਜੀ ਮੈਂ। जी बाबा जी नू ते अपने पेरेंट्स नू ते हेलिक्स वाले सारे टीचर्स नू अपने। मेहनत करो ते अपने आप ते भरोसा रखो ते बिना कोई स्ट्रेस दे टेंशन फ्री होके पढ़ना है गा। सर्जरी दी स्पेशलिस्ट बनना चाहनी है जी मैं। मेहनत करो ते अपने आप ते भरोसा रखो ते बिना कोई स्ट्रेस दे टेंशन फ्री होके पढ़ना है गा।